ਦੋਸਤੋ ਡਿਸਟੈਂਸ ਐਜੂਕੇਸ਼ਨ 'ਚ ਐਡਮਿਸ਼ਨ ਲੈਣ ਲਈ ਤੁਹਾਨੂੰ ਪਹਿਲਾਂ ਜਿਹੜਾ ਯੂਨੀਵਰਸਿਟੀ ਵੈਬਸਾਈਟ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਫੀਸ ਭਰਨੀ ਹੈ, ਜਿਹੜੀ ਫੀਸ ਆ ਇੱਥੇ ਲਿਖੀ ਹੋਈ ਹੈ ਸਾਰੇ ਇੰਟਰੋਡਕਸ਼ਨ ਵਿੱਚ, ਕਿਵੇਂ ਪਹਿਲਾਂ ਕੀ ਕਰਨਾ। ਪਹਿਲਾਂ ਤਾਂ ਤੁਹਾਨੂੰ ਫੀਸ ਭਰਨੀ ਪੜੇਗੀ ਜਿੰਨੀ ਪ੍ਰੋਸਪੈਕਟਸ 'ਚ ਲਿਖੀ ਹੈ SBI ਬੈਂਕ ਦਾ ਪੋਰਟਲ ਹੈ, ਇਹ 'ਚ ਵੀ ਵਿੱਚ ਹੀ ਹੋਵੇਗੀ। ਅਤੇ ਐਡਮਿਸ਼ਨ ਫੋਰਮ ਵਾਲੀ ਸਾਰੀ ਜਿਹੜੀ ਹੈ ਫੀਸ, ਰਜਿਸਟ੍ਰੇਸ਼ਨ ਵਾਲੀ ਸਾਰੀ ਫੀਸ ਵਿੱਚ ਹੀ ਹੋਵੇ, ਉੱਥੇ ਲਿਖੀ ਹੋਵੇਗੀ। ਜਿਹੜੀ ਸਾਲ ਦੀ ਐਗਜ਼ਾਮੀਨੇਸ਼ਨ ਫੀਸ ਵਗੈਰਾ ਸਾਰੀ ਕੁਛ ਵਿੱਚ ਹੀ ਹੋਵੇਗੀ। ਅਤੇ ਪਹਿਲਾਂ ਐਡਮਿਸ਼ਨ ਐਗਜ਼ਾਮੀਨੇਸ਼ਨ ਫੋਰਮ ਭਰਨ ਤੋਂ ਪਹਿਲਾਂ ਦੇ ਸੋਚ ਲੈਣਾ ਤੁਸੀਂ ਕਿ ਪਹਿਲਾਂ ਫੀਸ ਭਰਨੀ ਹੈ। ਫੀਸ ਦੀ ਜਿਹੜੀ ਟ੍ਰਾਂਜੈਕਸ਼ਨ ਬੈਂਕ ਰੈਫਰੈਂਸ ਆਈਡੀ ਟ੍ਰਾਂਜੈਕਸ਼ਨ ਆਈਡੀ ਜਿਹੜੀ ਉਹ ਫਿੱਲ ਕਰਨੀ ਹੈ ਫਾਰਮ 'ਚ, ਮੈਂ ਅੱਗੇ ਦੱਸੂੰਗਾ ਤੁਹਾਨੂੰ ਕਿਵੇਂ ਫਿੱਲ ਕਰਨੀ ਹੈ। ਅਤੇ 2 ਦਿਨਾਂ ਦੇ ਵਿੱਚ ਜਦੋਂ ਤੁਸੀਂ ਇਹ ਫਾਰਮ ਭਰ ਲਿਆ ਅਤੇ ਪ੍ਰਿੰਟ ਆਊਟ ਕਢਾ ਕੇ ਯੂਨੀਵਰਸਿਟੀ ਡਿਪਾਰਟਮੈਂਟ ਆਫ ਡਿਸਟੈਂਸ ਐਜੂਕੇਸ਼ਨ 'ਚ ਜਮ੍ਹਾਂ ਕਰਵਾਉਣੀ ਹੈ। ਡਿਪਾਰਟਮੈਂਟ ਬਣਿਆ ਹੋਇਆ ਉੱਥੇ। ਅਤੇ ਕੋਈ ਵੀ ਗਲਤੀ ਫਾਰਮ 'ਚ ਵਿਸ਼ਾ ਜਾਂ ਮੀਡੀਅਮ ਜਾਂ ਪ੍ਰੀਖਿਆ ਕੇਂਦਰ ਚੇਂਜ ਨਹੀਂ ਕੀਤਾ ਜਾਵੇਗਾ, ਇਜਾਜ਼ਤ ਨਹੀਂ ਦਿੱਤੀ ਜਾਵੇਗੀ ਚੇਂਜ ਕਰਨ ਦੀ, ਫਾਰਮ ਧਿਆਨ ਨਾਲ ਭਰਿਆ ਜਾਵੇ। ਇਹ ਵੀ ਸਪਾਰ ਕੀਤਾ ਜਾਂਦਾ ਡਿਸਟੈਂਸ ਐਜੂਕੇਸ਼ਨ ਪ੍ਰਸਪੈਕਟਿਵ 'ਚ, ਜੇ ਉਸ ਤੋਂ ਘੱਟ ਭਰੀ ਜਾਂਦੀ ਹੈ ਤਾਂ ਤੁਹਾਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਜੇ ਕੋਈ ਫੀਸ ਦਾ ਟ੍ਰਾਂਜੈਕਸ਼ਨ ਫੇਲਡ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਵਿਭਾਗ ਦੀ ਨਹੀਂ ਹੋਵੇਗੀ। ਅਤੇ ਦੋਸਤੋ ਪਹਿਲਾਂ ਤੁਹਾਨੂੰ ਫਾਰਮ ਦਿਖਾ ਦਿੰਦਾ, ਇੱਥੋਂ ਤੁਸੀਂ ਰਿਸਿਪਟ ਉੱਥੋਂ ਮਤਲਬ ਜਿਹੜੀ ਫੀਸ ਦੀ ਰਿਸਿਪਟ ਡਾਊਨਲੋਡ ਕਰ ਸਕਦੇ ਹੋ। ਇੱਥੋਂ ਤੁਸੀਂ ਜੇ ਲੌਗਇਨ ਕਰ ਸਕਦੇ ਹੋ, ਪ੍ਰਿੰਟ ਆਊਟ ਐਗਜ਼ਾਮੀਨੇਸ਼ਨ ਫੋਰਮ ਐਡਮਿਸ਼ਨ ਫੋਰਮ ਦਾ ਦੋਨੇ ਚੀਜ਼ਾਂ ਪ੍ਰਿੰਟ ਕਰ ਸਕਦੇ ਹੋ। ਇਹ ਤੁਸੀਂ ਜਮ੍ਹਾਂ ਕਰਵਾਉਣੀਆਂ ਅਤੇ ਡਾਕੂਮੈਂਟਸ ਆਪਦੇ ਵਗੈਰਾ, ਅਤੇ ਫੋਰਗੈਟ ਪਾਸਵਰਡ ਜਿਹੜੇ ਤੁਸੀਂ ਭੁੱਲ ਚੁੱਕੇ ਹੋ ਆਪਦਾ ਪਾਸਵਰਡ ID ਯੂਜ਼ਰ ID ਪਾਸਵਰਡ, ਅਤੇ ਤੁਸੀਂ ਆਪਦਾ ਫੋਰਗੈਟ ਕਰ ਸਕਦੇ ਹੋ ਆਪਣਾ ਡੇਟ ਆਫ ਬਰਥ ਨਾਲ ਲੌਗਇਨ ਕਰਕੇ ਤੁਸੀਂ ਆਪਦਾ ਨਵਾਂ ਪਾਸਵਰਡ ਜਨਰੇਟ ਕਰ ਸਕਦੇ ਹੋ, ਯੂਜ਼ਰ ID ਪਾਸਵਰਡ। ਅਤੇ ਇੱਥੋਂ ਤੁਸੀਂ ਪ੍ਰਿੰਟ ਕਰਕੇ ਜਮ੍ਹਾਂ ਕਰਾ ਦੇਣਾ। ਪਹਿਲਾਂ ਤੁਸੀਂ ਆਪਦੀ ਫੀਸ 23 ਤਰੀਕੇ ਨਾਲ ਸਭ ਤੋਂ ਪਹਿਲਾਂ ਭਰਨੀ, ਤੁਹਾਨੂੰ ਫੋਰਮ ਦਿਖਾ ਦਿੰਦੇ ਆ ਔਨਲਾਈਨ ਐਗਜ਼ਾਮੀਨੇਸ਼ਨ ਅਤੇ ਐਡਮਿਸ਼ਨ ਫੋਰਮ। ਇਹਦੇ ਵਿੱਚ ਤੁਸੀਂ ਸਿੰਪਲੀ ਨੋਰਮਲ ਜਿਹੜੇ ਭਰਨੇ ਆ, ਇਹ 'ਚ ਬਸ ਇਹੀ ਹੈ ਫੀਸ ਪਹਿਲਾਂ ਭਰ, ਇਹਦੇ ਵਿੱਚ ਸਾਰਾ ਕੁਝ ਲਿਖ ਦੇਣਾ, ਬੈਂਕ ਦਾ ਨਾਮ ਲਿਖ ਦੇਣਾ ਅਤੇ ਕਿੰਨੀ ਫੀਸ ਭਰੀ ਹੈ ਇੰਨੀ ਸਾਰੀ ਲਿਖ ਦੇਣੀ ਅਮਾਊਂਟ। ਇਹੀ ਫੋਰਮ ਅਤੇ ਇੱਥੇ ਸਿਗਨੇਚਰ ਵਗੈਰਾ ਅਪਲੋਡ ਕਰ ਦੇਣਾ ਸਕੈਨ ਕਰਕੇ, ਫੋਟੋ ਇੰਗਲਿਸ਼ ਪੰਜਾਬੀ ਫੋਟੋ। ਦੋਸਤੋ ਬਹੁਤ ਸੌਖੀ ਚੀਜ਼ ਆ ਐਡਮਿਸ਼ਨ ਲੈਣੀ ਅਤੇ ਲੈ ਸਕਦੇ ਤੁਸੀਂ। ਜੇ ਕੋਈ ਵੀ ਦਿੱਕਤ ਆਉਂਦੀ ਐਡਮਿਸ਼ਨ 'ਚ ਮੈਸੇਜ ਜ਼ਰੂਰ ਕਰਨਾ, ਕਿ ਪ੍ਰੋਸਪੈਕਟਿਸ ਸਾਰਾ ਕੁਛ ਲਿਖਿਆ ਹੋਇਆ, ਫੀਸ ਵਗੈਰਾ ਕਿੰਨੀ ਭਰਨੀ ਹੈ, ਅਤੇ ਇਹ ਸਾਰਾ ਕੁਛ ਔਨਲਾਈਨ ਹੀ ਹੈ, ਬਸ ਇਹਨੂੰ ਪ੍ਰਿੰਟ ਕਰਵਾਉਣਾ। ਸਾਰੀਆਂ ਚੀਜ਼ਾਂ ਜਿਹੜੀਆਂ ਵੀ ਭਰੀਆਂ ਤੁਸੀਂ ਐਡਮਿਸ਼ਨ ਐਗਜ਼ਾਮੀਨੇਸ਼ਨ ਫੋਰਮ ਅਤੇ ਫੀਸ ਦੀ ਫੋਰਮ, ਇਹ ਦੋਨੇ ਭਰ ਕੇ ਹੀ ਤੁਸੀਂ ਸਬਮਿਟ ਕਰਵਾਉਣੇ ਹੈ। ਅਤੇ ਬਾਕੀ ਡਾਕੂਮੈਂਟਸ ਵਗੈਰਾ ਹੁੰਦੀ ਹੈ ਜਿਹੜੇ 10ਵੀਂ 12ਵੀਂ ਆਧਾਰ ਕਾਰਡ, ਉਹ ਵੀ ਸਬਮਿਟ ਕਰਵਾਉਣੇ ਆ। ਉਸ ਤੋਂ ਮਿਲਦੇ ਹਾਂ ਅਗਲੀ ਵੀਡੀਓ 'ਚ, ਪ੍ਰੋਸਪੈਕਟ 'ਚ ਬਾਕੀ ਸਾਰਾ ਕੁਛ ਲਿਖਿਆ ਹੋਊਗਾ। ਵੀਡੀਓ ਚੰਗੀ ਲੱਗੀ, ਜੇ ਕੁਛ ਸਹੀ ਸਮਝ ਆਇਆ ਤਾਂ ਕਮੈਂਟ ਜ਼ਰੂਰ।